किसान जथेबंदियों वालों आज सवेर तो ही 13 फरवरी नूं दिल्ली अपने हक्की मंगां लई जाना सी, पर हरियाणा गवर्नमेंट वालों वड्डे वड्डे बैरीकेड लगा के किसानां नूं रोकिया गया। किसानां दे उपर अथरू गैस अते गोलियां चला के उन्हां नूं फट्टड़ कर दिता गया, जिन्हां विच 14 दे करीब किसान राजपुरा दे सिविल हस्पताल विच 108 एंबूलेंस दे राही इलाज लई लिआंदे गए ने, जिन्हां दा इलाज चल रहा है। उन्हां अपनी हड़बीती सुणाउंदिआं दस्सिआ है कि असीं दिल्ली विखे अपना हक मंगण लई जा रहे सी, पर हरियाणा पुलिस वल्लों ड्रोन दे राही साडे उपर अथरू गैस अते गोलियां चलाईआं गईआं ने। कई किसानां दे टांके लगे ने ते कईआं दीआं लत्तां फट्टड़ हो गईआं ने, अते राजपुरा दे सिविल हस्पताल विचों जिहड़े इलाज ने शंभू बॉर्डर दे उपर सवेर तो ही खिचोतानी चल रही है। ਕਿਹੜੀ ਜਥੇਬੰਦੀ ਹੈ ਤੁਹਾਡੀ? ਸਿੱਧੂਗੜ੍ਹ ਜਥੇਬੰਦੀ ਹੈ ਜੀ। ਸਰ ਜੀ, ਸਰ ਜੀ ਅੱਜ ਤੁਹਾਡੇ ਸੱਟ ਵੱਜੀ ਹੈ, ਕੀ ਕਹਿਣਾ ਤੁਹਾਡਾ? ਆਪਣਾ ਸੰਭੂ ਬੈਰੀਅਰ 'ਤੇ ਜੀ, ਆਪਣਾ ਖੱਟੜ ਸਰਕਾਰ, ਹਰਿਆਣਾ ਸਰਕਾਰ ਨੇ ਗੋਲੇ ਸਿੱਟੇ ਆ ਜੀ, ਅੱਜ ਬੰਬ ਵੀ ਸਿੱਟੇ ਆ ਨੇ। ਆਹ ਦੇਖੋ ਜੀ, ਸਾਰੀ ਚਮੜੀ ਫੂਕਤੀ, ਅਤੇ ਉਹਦੇ ਬਾਅਦ 'ਚ ਇੱਕ ਦੂਜੇ ਗੋਲੇ ਸਿੱਟੇ ਆ ਆਏ ਜੀ, ਇਹ ਰਬੜ ਦੇ ਆ ਜੀ। ਇਹ ਜਿੱਥੇ ਵੱਜਦਾ 4-5 ਇੰਚ ਡੂੰਘਾ ਟੋਆ ਪਾ ਦਿੰਦਾ ਜੀ, 8-10 ਟਾਕੇ ਲੱਗਦੇ ਜੀ। ਫਿਰ ਕਿੰਨੇ ਕੁ ਬੰਦੇ ਆਪਣੇ ਫੱਟੜ ਹੋਏ ਉੱਥੇ ਸਰ? ਉੱਥੇ ਇਸ ਟਾਈਮ ਤਾਂ ਜਦੋਂ ਮੈਂ ਸੀਗਾ ਉੱਥੋਂ ਤਾਂ 10-12 ਸੀਗੇ ਜੀ, ਉਸ ਤੋਂ ਬਾਅਦ ਹੁਣ ਗਿਣਤੀ ਵੱਧ ਗਈ ਹੋਣੀ ਹੈ, ਮੇਰੇ ਘਰ 500 ਹੋ ਗਈ ਹੋਣੀ ਜੀ। ਸੰਗਤ ਮਤਲਬ ਦਿੱਲੀ ਮਤਲਬ ਕਿ ਰੋਕ ਰਹੇ ਜਾਣੇ ਤੋਂ? ਹਾਂਜੀ ਹਾਂਜੀ। ਮੈਂ ਮੋਤਾ ਸਿੰਘ ਕਟਾਲੀ, ਮੇਨ ਵਲੰਟੀਅਰ ਜ਼ਿਲ੍ਹਾ ਹੁਸ਼ਿਆਰਪੁਰ, ਪ੍ਰਧਾਨ ਕਿਸਾਨ ਮਜ਼ਦੂਰ ਸੰਘ। ਸਰ ਜੀ, ਕੀ ਘਟਨਾ ਵਾਪਰੀ ਤੁਹਾਡੇ ਗੱਲ? ਸਰ ਵਾਪਰੀ ਕੀ ਆ ਵੀ ਜਦ ਅਸੀਂ ਸੰਭੂ ਬਾਰਡਰ 'ਤੇ ਪੁੱਜੇ ਹਾਂ ਤਾਂ ਬੈਰੀਕੇਡ ਬਹੁਤ ਹੋਏ ਆ, ਅਸੀਂ ਆਪਣਾ ਟਰੈਕਟਰ ਖੜ ਕੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਆ। ਜਦ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੇ ਮਾਰੀ ਆ ਗੋਲੀ, ਵੱਜੀ ਹੈਗਾ ਜਾਂ ਕੀ ਵੱਜੀ ਆ, ਪੂਰੀ ਉਂਗਲ ਲੱਗ ਗਈ ਹੈ ਖੱਬੇ ਹੱਥ ਦੀ, ਚੀਚੀ ਦੇ ਨਾਲ ਦੀ ਉਂਗਲ ਜਿਹੜੀ ਉਹ ਲੱਗ ਗਈ। ਇਹਦਾ ਐਕਸਰਾ ਵੀ ਹੋ ਗਿਆ ਹੁਣ ਹੋਸਪਿਟਲ ਆ, ਦੇਖੋ ਕੀ ਪ੍ਰਸ਼ਨ ਕਰਕੇ ਖੱਟਦੇ ਆ, ਕੀ ਕਰਦੇ ਆ, ਕੀ ਸਰਕਾਰ ਜਿਹੜੀ ਆ ਬਹੁਤ ਧੱਕਾ ਕਰਦੀ ਹੈ ਕਿਸਾਨਾਂ ਨਾਲ। ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੇਨ ਬੇਨਤੀ ਹੈ ਜ਼ਿਲ੍ਹਾ ਸਿਆਰ ਪ੍ਰਧਾਨ ਆ। ਠੀਕ ਹੈ, ਹਾਂਜੀ। ਤੁਹਾਡਾ ਕਿੰਨੀ ਉਮਰ ਹੈ ਬਾਬਾ ਜੀ? ਮੇਰੀ 60 ਸਾਲ ਦਾ ਹੈ। ਕਿਹੜੀ ਕਿਸਾਨ ਜਥੇਬੰਦੀ ਹੈ ਸਰ? ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਧੇਰ ਗਰੁੱਪ ਦੀ। ਕਿੱਥੋਂ ਆਏ ਸੀ ਸਰ? ਮੈਂ ਸਠਿਆਲਾ ਪਿੰਡ ਮੇਰਾ ਜੀ ਬਿਆਸ ਤੇ। ਹਾਂ, ਇਹ ਸ਼ੰਭੂ ਬਾਰਡਰ ਦੇ ਉੱਪਰ? ਹਾਂਜੀ। ਇਹ ਕੀ ਘਟਨਾ ਵਾਪਰੀ ਤੁਹਾਡੇ ਜਾਣ? ਘਟਨਾ ਜੀ, ਮੇਰੇ ਬੰਬ ਮਾਰਿਆ, ਇੱਕ ਧੌਮ ਦੇ ਵਿੱਚ ਮਾਰਿਆ ਤੇ ਦੂਜਾ ਹੱਥ 'ਤੇ ਮਾਰਿਆ ਜਲਮ ਵਾਲਾ। ਮਤਲਬ ਕਿਸਾਨਾਂ ਨੂੰ ਰੋਕ ਰਿਹਾ ਜਾਣੇ ਤੋਂ? ਉਹਨਾਂ ਨੂੰ ਰੋਕ ਰਹੇ ਜੀ। ਹਾਂਜੀ, ਕਿਸਾਨਾਂ ਦੇ ਨਾਲ ਅਸੀਂ ਆਉਣਾ ਵਾ, ਅੱਗੇ ਵਾਸਤੇ ਵੀ ਆਉਣਾ, ਕੋਈ ਡਰ ਨਹੀਂ ਸਾਨੂੰ, ਪਿੱਛੇ ਨਹੀਂ ਹਟਾਂਗੇ, ਇਹੋ ਜੀ ਕੋਈ ਗੱਲ ਨਹੀਂ ਗੀ, ਮੁਸ਼ਕਲ ਨਹੀਂ ਕੋਈ ਵੀ। ਠੀਕ ਆ ਜੀ, ਜਿੰਨੇ ਸਾਡੇ ਮੈਂਬਰ ਆ ਸਾਰੇ ਜ਼ਿਲ੍ਹੇ, ਸਾਰੇ ਅਸੀਂ ਇਕੱਠੇ ਆਏ ਹਾਂ ਪਿੰਡ ਤੋਂ, ਪਿੰਡ ਸਖਿਆਲੇ ਤੋਂ। ਠੀਕ ਆ ਜੀ, ਠੀਕ ਆ। ਜਸਕਰਨ ਸਿੰਘ ਜੀ। ਸਰ ਜੀ, ਕਿੱਦਾਂ ਸੱਟ ਵੱਜੀ ਤੁਹਾਡੇ, ਦੱਸਿਓ ਇਹਦੇ ਬਾਰੇ। ਅਸੀਂ ਜੀ ਉੱਥੇ ਬੈਰੀਕੇਡ ਪਟਾ ਰਹੇ ਸੀ ਸ਼ੰਭੂ ਬੋਰਡਰ 'ਤੇ, ਉਹਨਾਂ ਗੋਲੀਆਂ ਦੇ ਫਾਇਰ ਕਰ ਰਹੇ ਉੱਥੇ ਸਾਡੇ। ਕਿੰਨੇ ਟਾਂਕੇ ਲੱਗੇ ਸਰ ਤੁਹਾਡੇ? 8 ਟਾਂਕੇ ਲੱਗੇ। ਕਿੱਥੋਂ ਆਏ ਤੁਸੀਂ ਸਰ? ਅਸੀਂ ਮਰਦਾਂ। ਕਿੱਥੋਂ? ਬੋਰਡਰ ਤੋਂ ਆਏ ਜੀ, ਪਿੰਡ ਮਰਦਾਂ। ਪਿੰਡ ਮਰਦਾਂ ਫਿਰ। ਮੇਰਾ ਨਾਂ ਜੀ ਧਨਵੰਤ ਸਿੰਘ। ਹਾਂ ਸਰ ਜੀ, ਕਿਹੜੀ ਐਂਬੂਲੈਂਸ ਚਲਾਉਂਦੇ ਸਰ? ਸਰ ਆਪਾਂ ਪਟਿਆਲੇ ਦੀਆਂ ਗੱਡੀਆਂ ਨੇ ਜੀ, ਸ਼ੰਭੂ ਬਾਰਡਰ 'ਤੇ ਲੱਗੀ ਹੋਈ ਹੈ ਜੀ ਡਿਊਟੀ। ਸਰ ਜੀ, ਅੱਜ ਉੱਥੇ ਮਤਲਬ ਕਿ ਕਾਫੀ ਸੰਘਰਸ਼ ਚੱਲ ਰਿਹਾ ਹੈਗਾ, ਕਿੰਨੇ ਕੁ ਜਿਹੜੇ ਕਿਸਾਨ ਹੈਗੇ ਫੱਟੜ ਹੋਏ ਸਰ? ਸਰ ਲਗਭਗ ਆਪਣੀਆਂ 3-4 ਗੱਡੀਆਂ ਚੱਲ ਰਹੀਆਂ ਨੇ ਜੀ ਉੱਧਰੋਂ, ਅਤੇ 15-18 ਮਰੀਜ਼ ਲੈ ਕੇ ਆ ਚੁੱਕੀਆਂ ਜੀ ਇੱਥੇ। ਅਸੀਂ ਕੋਈ ਸੀਰੀਅਸ ਤਾਂ ਨਹੀਂ ਹਾਲਤ ਕਿਸੇ ਦੀ? ਸਰ ਵਿੱਚ ਸੀਰੀਅਸ ਮਰੀਜ਼ ਹੈਗੇ ਨੇ ਜੀ, ਕਈਆਂ ਦੇ ਜ਼ਿਆਦਾ ਸੱਟ ਲੱਗੀ ਹੋਈ ਹੈ ਜੀ, ਕਈਆਂ ਦੇ ਸੱਟ ਘੱਟ ਹੈ ਜੀ, ਉਹ ਵੀ ਹਸਪਤਾਲ ਨੂੰ ਰੈਫਰ ਕੀਤੇ ਹੋਏ ਨੇ ਜੀ। ਡਾਕਟਰ ਵਿਜੀ ਚੰਦ, SMO ਰਾਜਪੁਰਾ। ਸਰ ਜੀ, ਜਿਹੜੇ ਕਿਸਾਨਾਂ ਦੇ ਸੱਟਾਂ ਵੱਜੀਆਂ, ਕਿੰਨੇ ਕੁ ਆਏ ਹੈਗੇ ਆ? ਹਜੇ ਤੱਕ 14 ਦੇ ਕਰੀਬ ਆ ਚੁੱਕੇ ਆ, ਅਤੇ ਇਲਾਜ ਇਹਨਾਂ ਦਾ ਚੱਲ ਰਿਹਾ, ਅਤੇ ਇਲਾਜ ਇਹਨਾਂ ਨੂੰ ਫ੍ਰੀ ਹੋ ਰਿਹਾ। ਕੀ ਕਹਿਣਾ ਚਾਹੁੰਦੇ ਹੈਗੇ ਕਿਸਾਨਾਂ ਨੂੰ ਸਰ? ਕਿਸਾਨਾਂ ਨੂੰ ਇਹ ਕਿ ਜੇ ਕੋਈ ਪ੍ਰੋਬਲਮ ਸਾਡੇ ਕੋਲ ਆ ਜਾਓ, ਜੇ ਕੋਈ ਇੰਜਰੀ ਆਉਂਦੀ, ਜਾਂ ਅਸੀਂ ਤਿਆਰ ਆ, 24 ਘੰਟੇ ਐਮਰਜੈਂਸੀ ਤਿਆਰ ਆ, ਅਸੀਂ ਪੂਰਾ ਅਰੇਂਜਮੈਂਟ ਕੀਤਾ ਹੋਇਆ, ਡਾਕਟਰਾਂ ਨੂੰ ਵੀ ਬੁਲਾ ਲਿੱਤਾ ਗਿਆ, ਹੋਰ ਸਟਾਫ ਨੂੰ ਵੀ ਬੁਲਾ ਲਿੱਤਾ ਗਿਆ ਜੀ, ਐਮਰਜੈਂਸੀ ਸੇਵਾ ਨੂੰ ਮੱਦੇ ਰੱਖ ਨਜ਼ਰ ਰੱਖਦੇ ਹੋਏ।